ਹਾਂਜੀ ਦੋਸਤੋ, ਸਾਰੇ ਦੋਸਤਾਂ ਦਾ ਸਵਾਗਤ ਕਰਦੇ ਹਾਂ। ਵੱਖ ਵੱਖ ਮੰਡੀਆਂ ਦੇ ਭਾਅ ਲੈ ਕੇ ਜਾਣਕਾਰੀ ਦੇਵਾਂਗੇ ਤੁਹਾਨੂੰ ਕਿ ਮੰਡੀਆਂ ਦੇ ਵਿੱਚ ਨਰਮੇ ਸਮੇਤ ਸਰ੍ਹੋਂ ਦੇ ਜਿਹੜੇ ਭਾਅ ਉਹ ਕੀ ਰਹੇ ਆ। ਤਾਂ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਉਹਨਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਿਹੜੀ ਇਹ ਜਾਣਕਾਰੀ ਹੈ ਉਹ ਪਹੁੰਚ ਸਕੇ। ਜਿੰਨੇ ਵੀ ਵੀਰ ਜੁੜਨ, ਸਾਰੇ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਹੈ ਜਿਹੜੀ ਪਹੁੰਚ ਸਕੇ। ਅਤੇ ਜਿਹੜੇ ਵੀਰਾਂ ਨੇ ਆਪਣਾ ਚੈਨਲ ਫੋਲੋ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਪੇਜ ਨੂੰ ਫੇਸਬੁੱਕ 'ਤੇ ਫੋਲੋ ਕਰ ਲੈਣ, ਯੂਟਿਊਬ 'ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਜਿਹੜੀ ਅਪਡੇਟ ਆ ਤੁਹਾਡੇ ਤੱਕ ਉਹ ਪਹੁੰਚ ਸਕੇ। ਤਾਂ ਅਬੋਹਰ ਦੀਆਂ ਜਿਹੜੀ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰ ਲਈਏ ਕਿ ਅਬੋਹਰ ਮੰਡੀ ਦੇ ਵਿੱਚ ਨਰਮੇ ਦੀ ਆਮਦ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਬੇਸ਼ੱਕ ਥੋੜ੍ਹੀ ਬਹੁਤੀ ਆਮਦ ਆ ਜਿਹੜੀ ਉਹ ਨਰਮੇ ਦੀ ਰਹਿੰਦੀ ਹੈ, ਪਰ ਜਿਹੜਾ ਆਮਦ ਹੈ ਉਹ ਸ਼ੁਰੂ ਹੋ ਚੁੱਕੀ ਹੈ। ਅੱਜ ਨਰਮੇ ਦੇ ਭਾਅ ਦੀ ਗੱਲ ਕਰੀਏ ਤਾਂ ਅਬੋਹਰ ਮੰਡੀ ਦੇ ਵਿੱਚ ਨਰਮੇ ਦਾ ਭਾਅ 7141 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ। ਮੰਡੀ ਦੇ ਵਿੱਚ ਨਰਮੇ ਦੀ ਆਮਦ ਬਿਲਕੁਲ ਥੋੜ੍ਹੀ ਹੁੰਦੀ ਹੈ। ਤਾਂ ਭਾਅ ਦੀ ਗੱਲ ਕਰੀਏ ਤਾਂ ਕੱਲ੍ਹ 7131 ਰੁਪਏ ਸੀ ਅਤੇ ਅੱਜ 7141 ਰੁਪਏ ਅਬੋਹਰ ਮੰਡੀ ਦੇ ਵਿੱਚ ਨਰਮਾ ਜਿਹੜਾ ਉਹ ਵਿਕਿਆ। ਇਹ ਤੋਂ ਬਿਨਾਂ ਆਪਾਂ ਜੇਕਰ ਗੱਲ ਕਰ ਲਈਏ ਤਾਂ ਬਰਵਾਲਾ ਮੰਡੀ ਦੀ, ਬਰਵਾਲਾ ਮੰਡੀ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਉਹ 7000 ਰੁਪਏ ਪ੍ਰਤੀ ਕੁਇੰਟਲ ਉਹ ਦਰਜ ਕੀਤਾ ਗਿਆ। ਰਾਜਕੋਟ ਦੇ ਵਿੱਚ ਜਿਹੜਾ ਭਾਅ ਉਹ 7100 ਰੁਪਏ ਤੋਂ ਲੈ ਕੇ 8400 ਰੁਪਏ ਪ੍ਰਤੀ ਕੁਇੰਟਲ ਜਿਹੜਾ ਉਹ ਦਰਜ ਕੀਤਾ ਗਿਆ। ਆਦਮਪੁਰ ਮੰਡੀ ਦੇ ਵਿੱਚ ਨਰਮੇ ਦਾ ਜਿਹੜਾ ਭਾਅ ਉਹ 7345 ਰੁਪਏ ਪ੍ਰਤੀ ਕੁਇੰਟਲ ਜਿਹੜਾ ਉਹ ਦਰਜ ਕੀਤਾ ਗਿਆ। ਇਸੇ ਤਰ੍ਹਾਂ ਜਿਹੜਾ ਅਮਰੇਲੀ ਮੰਡੀ ਦੇ ਵਿੱਚ 4200 ਤੋਂ 8400 ਰੁਪਏ ਪ੍ਰਤੀ ਕੁਇੰਟਲ ਜਿਹੜਾ ਭਾਅ ਉਹ ਦਰਜ ਕੀਤਾ ਗਿਆ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰ ਲਈਏ ਸਰ੍ਹੋਂ ਦੀ ਤਾਂ ਸਰ੍ਹੋਂ ਦਾ ਜਿਹੜਾ ਭਾਅ ਹੈ ਉਹ ਵਿਜੇਨਗਰ ਦੇ ਵਿੱਚ 5897 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ। ਰਾਜਸਥਾਨ ਦੀ ਅਨੂਪਗੜ੍ਹ ਮੰਡੀ ਹੈ ਜਿਹੜੀ, ਅਨੂਪਗੜ੍ਹ ਦੇ ਵਿੱਚ ਸਰ੍ਹੋਂ ਦਾ ਜਿਹੜਾ ਭਾਅ ਹੈ ਉਹ 6146 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ। ਇਸੇ ਤਰ੍ਹਾਂ ਜੇਕਰ ਆਪਾਂ ਸਲੋਨੀ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਸਰ੍ਹੋਂ ਦਾ ਜਿਹੜਾ ਭਾਅ 7200 ਰੁਪਏ ਪ੍ਰਤੀ ਕੁਇੰਟਲ, ਹਿਸਾਰ ਦੇ ਵਿੱਚ ਜਿਹੜਾ 5600 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ। ਜੈਪੁਰ ਦੇ ਵਿੱਚ 6775 ਰੁਪਏ ਪ੍ਰਤੀ ਕੁਇੰਟਲ, ਬੀਕਾਨੇਰ ਮੰਡੀ ਦੇ ਵਿੱਚ 5061 ਰੁਪਏ, ਭਰਤਪੁਰ ਦੇ ਵਿੱਚ 6354 ਰੁਪਏ ਪ੍ਰਤੀ ਕੁਇੰਟਲ ਜਿਹੜਾ ਸਰ੍ਹੋਂ ਦਾ ਉਹ ਭਾਅ ਰਿਹਾ। ਤਾਂ ਨਰਮੇ ਦੀ ਆਮਦ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਤਾਂ ਨਰਮੇ ਦਾ ਜਿਹੜਾ ਭਾਅ ਹੈ ਉਹ 7141 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ ਵੀਰੋ। ਤਾਂ ਆਪਾਂ ਹਰ ਰੋਜ਼ ਤੁਹਾਡੇ ਤੱਕ ਕੋਸ਼ਿਸ਼ ਕਰਿਆ ਕਰਾਂਗੇ ਕਿ ਤੁਹਾਨੂੰ ਮੰਡੀਆਂ ਦੇ ਭਾਅ, ਖਾਸ ਤੌਰ 'ਤੇ ਅਬੋਹਰ ਮੰਡੀ ਦੀ ਜਾਂ ਗੰਗਾਨਗਰ ਮੰਡੀ ਦੇ ਜਿਹੜੇ ਭਾਅ ਉਹ ਕੀ ਰਹੇ ਹੈ, ਉਹ ਜਿਹੜੀ ਜਾਣਕਾਰੀ ਤੁਹਾਡੇ ਨਾਲ ਕੋਸ਼ਿਸ਼ ਰਹੇਗੀ ਕਿ ਆਪਾਂ ਸ਼ੇਅਰ ਕਰਦੇ ਰਹੀਏ। ਤਾਂ ਤੁਹਾਨੂੰ ਵੀ ਬੇਨਤੀ ਹੈ ਕਮੈਂਟ ਦੇ ਵਿੱਚ ਜਿਹੜੇ ਭਾਅ ਉਹ ਤੁਸੀਂ ਆਪਣੇ ਜ਼ਰੂਰ ਸਾਂਝੇ ਕਰਿਓ ਤਾਂ ਜੋ ਪਤਾ ਲੱਗ ਸਕੇ ਕਿ ਕਿੱਥੇ ਜਿਹੜਾ ਨਰਮੇ ਦਾ ਕੀ ਭਾਅ ਚੱਲ ਰਿਹਾ ਜਾਂ ਹੋਰ ਫਸਲਾਂ ਦੇ ਜਿਹੜੀ ਵੀ ਤੁਸੀਂ ਜਾਣਕਾਰੀ ਸਾਂਝੀ ਕਰ ਸਕੋ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿਹੜਾ ਕਿੰਨੂ ਦੇ ਭਾਅ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਉਹਦੇ, ਕਿਉਂਕਿ ਲਾਈਵ ਵੀ ਆਪਾਂ ਚਲਾਉਂਦੇ ਰਹੇ ਹਾਂ ਤਾਂ ਹੁਣ ਵੀ ਨਰਮੇ ਦੀ ਵੀ ਕੋਸ਼ਿਸ਼ ਆਪਣੀ ਜਿਹੜੀ ਰਹੂਗੀ। ਤਾਂ ਅੱਜ ਜਿਹੜਾ 7141 ਰੁਪਏ ਦਾ ਭਾਅ ਜਿਹੜਾ ਨਰਮੇ ਦਾ ਰਿਹਾ ਉਹ ਸ਼੍ਰੀ ਰਾਮ ਕਾਟਨ ਦੁਆਰਾ ਨਰਮਾ ਜਿਹੜਾ ਉਹ ਖਰੀਦਿਆ ਗਿਆ। ਤਾਂ ਇਸ ਤੋਂ ਇਲਾਵਾ ਇੱਕ 7231 ਰੁਪਏ ਪ੍ਰਤੀ ਕੁਇੰਟਲ ਜਿਹੜਾ ਉਹ ਵੀ ਜਿਹੜਾ ਭਾਅ ਅੱਜ ਅਬੋਹਰ ਮੰਡੀ ਦੇ ਵਿੱਚ ਨਰਮੇ ਦਾ ਹੁਣੇ ਹੁਣੇ ਸਾਹਮਣੇ ਕਿਸੇ ਵੀਰ ਨੇ ਭੇਜਿਆ, 7231 ਰੁਪਏ ਪ੍ਰਤੀ ਕੁਇੰਟਲ ਜਿਹੜਾ ਨਰਮੇ ਦਾ ਭਾਅ ਉਹ ਅਬੋਹਰ ਮੰਡੀ ਦੇ ਵਿੱਚ ਦਰਜ ਕੀਤਾ ਗਿਆ। ਜੇਕਰ ਗੱਲ ਕਰੀਏ ਜਿਹੜਾ 7141 ਰੁਪਏ ਪ੍ਰਤੀ ਕੁਇੰਟਲ ਜਿਹੜਾ ਨਰਮਾ ਵਿਕਿਆ ਉਹ ਪੰਨੀ ਵਾਲਾ ਨਿਵਾਸੀ ਕਿਸਾਨ ਜਿਹੜੇ ਵੀਰ ਸਾਡੇ ਪਰਮਜੀਤ ਸਿੰਘ ਹੈ
ਉਹਨਾਂ ਦਾ ਜਿਹੜਾ ਨਰਮਾ ਹੈ ਉਹ 7141 ਰੁਪਏ ਪ੍ਰਤੀ ਕੁਇੰਟਲ ਜਿਹੜਾ ਉਹ ਖਰੀਦਿਆ ਗਿਆ। ਤਾਂ ਅੱਜ ਸ਼੍ਰੀ ਰਾਮ ਕੋਟਨ ਫੈਕਟਰੀ ਦੇ ਜਿਹੜੇ ਸੰਚਾਲਕ ਹੈ ਮਨੋਜ ਕੁਮਾਰ, ਉਹਨਾਂ ਵੱਲੋਂ ਜਿਹੜਾ ਇਹ ਨਰਮੇ ਦੀ ਖਰੀਦ ਹੈ ਉਹ ਕੀਤੀ ਗਈ ਹੈ। ਤਾਂ ਨਰਮੇ ਦੀ ਜਿਹੜੀ ਆਮਦ ਹੈ ਉਹ ਸ਼ੁਰੂ ਹੋ ਚੁੱਕੀ ਹੈ। ਗਗਨ ਬਰਾੜ ਜੀ, ਹੋਰ ਨਰਮੇ ਦਾ ਭਾਅ ਬਈ 7141 ਰੁਪਏ ਵਿਕਿਆ। ਇੱਕ ਤਾਂ ਜਿਹੜਾ ਸ਼੍ਰੀ ਰਾਮ ਕੋਟਨ ਵਾਲਿਆਂ ਨੇ ਖਰੀਦਿਆ ਅਤੇ ਇੱਕ ਅਮਾਨਿਆ ਕੋਟਨ ਐਂਡ ਜਨਰਲ ਮਿੱਲ ਵੱਲੋਂ ਜਿਹੜਾ ਨਰਮੇ ਦਾ ਮੂਰਤ ਹੈ ਉਹ 7231 ਰੁਪਏ ਪ੍ਰਤੀ ਕੁਇੰਟਲ ਹੈ ਜਿਹੜਾ ਉਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਜੇਕਰ ਆਪਾਂ ਮੌਸਮ ਦੀ ਜਾਣਕਾਰੀ ਦੇ ਦਿਓ ਵੀਰੋ, ਤੁਹਾਨੂੰ ਤਾਂ ਮੌਸਮ ਹੈ ਜਿਹੜਾ ਉਹ ਆਉਣ ਵਾਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਟੁੱਟਵੀਂ ਜਿਹੜੀ ਬੱਦਲਵਾਈ ਹੈ ਉਹ ਹੋ ਸਕਦੀ ਹੈ ਅਤੇ ਬਣੀ ਰਹੇਗੀ। ਬਾਰਿਸ਼ ਦੀ ਜਿਹੜੀ ਸੰਭਾਵਨਾ ਉਹ 12% ਹੈ। ਰਾਤ ਦਾ ਜਿਹੜਾ ਔਸਤ ਤਾਪਮਾਨ ਹੈ ਉਹ 28 ਡਿਗਰੀ ਹੈ ਅਤੇ ਦਿਨ ਦਾ ਜਿਹੜਾ ਔਸਤ ਤਾਪਮਾਨ ਹੈ ਉਹ 33 ਡਿਗਰੀ ਦੇ ਆਸ ਪਾਸ ਹੈ ਜਿਹੜਾ ਉਹ ਰਹੇਗਾ। ਇਹ ਜਿਹੜਾ PAU ਲੁਧਿਆਣੇ ਵੱਲੋਂ ਜਾਰੀ ਹੋਇਆ ਉਹ ਤੁਹਾਡੇ ਨਾਲ ਆਪਾਂ ਜਿਹੜਾ ਮੌਸਮ ਦੀ ਜਾਣਕਾਰੀ ਹੈ ਉਹ ਸਾਂਝੀ ਕਰ ਰਹੇ ਹਾਂ। ਤਾਂ ਇੱਥੇ ਮੈਂ ਇੱਕ ਜਾਣਕਾਰੀ ਤੁਹਾਡੇ ਨਾਲ ਇਹ ਜ਼ਰੂਰ ਸ਼ੇਅਰ ਕਰਨੀ ਚਾਹਾਂਗਾ ਕਿ ਜਿਹੜਾ ਸੋਲਰ ਪੰਪ ਹੈ, ਸਰਕਾਰ ਵੱਲੋਂ ਜਿਹੜੀ ਸਕੀਮ ਕੱਢੀ ਗਈ ਹੈ 20,000 ਜਿਹੜੇ ਸੋਲਰ ਪੰਪ ਹੈ ਸਰਕਾਰ ਨੇ ਦੇਣੇ ਹੈ, ਤਾਂ ਉਹ ਜਿਹੜੇ ਵੀ ਕਿਸਾਨ ਸੋਲਰ ਪੰਪ ਲਵਾਉਣਾ ਚਾਹੁੰਦੇ ਹੈ ਉਹਦੀ ਜਿਹੜੀ ਜਾਣਕਾਰੀ ਹੈ ਉਹ ਤੁਸੀਂ ਜਿਹੜੀ ਕਿਤੋਂ ਵੀ ਲੈ ਸਕਦੇ ਹੋ ਅਤੇ ਆਪਣਾ ਜਿਹੜਾ ਅਪਲਾਈ ਹੈ ਉਹ ਕਰ ਸਕਦੇ ਹੋ, ਤਾਂ ਜੋ ਤੁਹਾਡੇ ਸੋਲਰ ਜਿਹੜੇ ਕਿਸਾਨ ਵੀਰ ਹੈ ਜਿਹੜੇ ਖੇਤੀ ਵਾਲੇ ਪੰਪ ਹੈ ਉਹ ਸੋਲਰ ਪੰਪ ਕਰੀਬ 20,000 ਹੈ ਜਿਹੜੇ ਉਹ ਦਿੱਤੇ ਜਾਣੇ ਆ। ਤਾਂ ਉਹਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਸਕੀਮ ਦੀ ਅਤੇ ਅਪਲਾਈ ਹੈ, ਤੁਸੀਂ ਅਰਜ਼ੀਆਂ ਜਿਹੜੀਆਂ ਮੰਗੀਆਂ ਗਈਆਂ ਜਿਹੜੇ ਵੀ ਵੀਰ ਅਪਲਾਈ ਕਰਨਾ ਚਾਹੁੰਦੇ ਆ ਉਹ ਅਪਲਾਈ ਕਰ ਸਕਦੇ ਆ। ਤਾਂ ਇਹ ਜਿਹੜੀ ਸੋਲਰ ਖੇਤੀ ਜਿਹੜੇ ਸੋਲਰ ਲੱਗਣੇ ਆ ਪੰਪ ਉਹਦੀ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਸੀ। ਅਤੇ ਅਬੋਹਰ ਨਰਮੇ ਦੇ ਭਾਅ ਦੀ ਫਿਰ ਇੱਕ ਵਾਰੀ ਜਾਣਕਾਰੀ ਦੇ ਦਾਂ ਕਿ ਅਬੋਹਰ ਮੰਡੀ ਦੇ ਵਿੱਚ 7141 ਰੁਪਏ ਅਤੇ 7231 ਰੁਪਏ ਪ੍ਰਤੀ ਕੁਇੰਟਲ ਜਿਹੜਾ ਅੱਜ ਨਰਮਾ ਉਹ ਵਿਕਿਆ। ਤਾਂ ਸਰ੍ਹੋਂ ਦੇ ਜਿਹੜੇ ਭਾਅ ਰਹੇ ਹੈ ਉਹ ਅਨੂਪਗੜ੍ਹ ਦੇ ਵਿੱਚ 6146 ਰੁਪਏ ਪ੍ਰਤੀ ਕੁਇੰਟਲ ਜਿਹੜਾ ਭਾਅ ਦਰਜ ਕੀਤਾ ਗਿਆ। ਰਵਾੜੀ ਦੇ ਵਿੱਚ 6350 ਰੁਪਏ ਪ੍ਰਤੀ ਕੁਇੰਟਲ ਜਿਹੜਾ ਉਹ ਦਰਜ ਕੀਤਾ ਗਿਆ। ਹਿਸਾਰ ਦੇ ਵਿੱਚ 5600 ਰੁਪਏ ਪ੍ਰਤੀ ਕੁਇੰਟਲ ਜਿਹੜਾ ਭਾਅ ਰਿਹਾ। ਸਰ੍ਹੋਂ ਹੈ ਜਿਹੜੀ ਉਹ ਰਹੀ ਹੈ। ਤਾਂ ਨਰਮਾ ਜਿਹੜਾ ਰਾਜਕੋਟ ਦੀ ਗੱਲ ਕਰੀਏ ਤਾਂ ਰਾਜਕੋਟ ਦੇ ਵਿੱਚ 4200 ਰੁਪਏ ਤੋਂ 7100 ਰੁਪਏ ਤੋਂ ਸੋਰੀ 7100 ਰੁਪਏ ਤੋਂ ਲੈ ਕੇ 8400 ਰੁਪਏ ਪ੍ਰਤੀ ਕੁਇੰਟਲ ਤੱਕ ਜਿਹੜਾ ਨਰਮਾ ਹੈ ਉਹ ਵਿਕਿਆ। ਤਾਂ ਕੱਲ੍ਹ ਨੂੰ ਫਿਰ ਆਪਾਂ ਜਾਣਕਾਰੀ ਲੈ ਕੇ ਵੀਰੋ ਆਵਾਂਗੇ। ਤਾਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅਤੇ ਬੇਨਤੀ ਇੱਕੋ ਹੀ ਕਰਦੇ ਹਾਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਜਿਹੜੀ ਇਹ ਜਾਣਕਾਰੀ ਹੈ ਉਹ ਪਹੁੰਚ ਸਕੇ। ਤਾਂ ਤੁਹਾਡਾ ਸਾਰੇ ਵੀਰਾਂ ਭਰਾਵਾਂ ਦਾ ਰਕੇਸ਼, ਸੋਨੂੰ ਜੀ, ਗਗਨ ਬਰਾੜ ਜੀ, ਜਿੰਨੇ ਵੀਰ ਜੋੜਨਗੇ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਤੱਕ ਇਹ ਵੀਡੀਓ ਪਹੁੰਚੂਗੀ। ਅਤੇ ਕੋਸ਼ਿਸ਼ ਕਰਿਓ ਵੀ ਕਮੈਂਟ ਕਰਕੇ ਤੁਹਾਡੇ ਮੰਡੀਆਂ ਦੇ ਜਿਹੜੇ ਭਾਅ ਹੈਗੇ ਆ ਜਾਣਕਾਰੀ ਉਹ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਜਾਣਕਾਰੀ ਹੈ ਜਿਹੜੀ ਉਹ ਪਹੁੰਚ ਸਕੇ। ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।